ਕਰਦੀ ਸ਼ੁਰੂ। ਤੁਹਾਡਾ ਸਾਰਿਆਂ ਦਾ ਉਰੇ ਪਹੁੰਚਣ 'ਤੇ ਬਹੁਤ ਬਹੁਤ ਧੰਨਵਾਦ। ਅੱਜ ਮੇਰੇ ਨਾਲ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਸਾਡੇ ਸ਼੍ਰੋਮਣੀ ਅਕਾਲੀ ਦਲ ਲੀਗਲ ਸੈੱਲ ਦੇ ਸਕੱਤਰ ਜਨਰਲ ਜਸਪ੍ਰੀਤ ਬਰਾੜ ਸਾਹਿਬ, ਔਰ ਜਿਹੜੇ ਅਹਿਮ ਮੁੱਦੇ 'ਤੇ ਗੱਲ ਕਰਨ ਦੇ ਲਈ ਅੱਜ ਤੁਹਾਨੂੰ ਸਾਰਿਆਂ ਨੂੰ ਸੱਦਾ ਦਿੱਤਾ, ਉਹ ਹੈ ਜੋ ਪੰਜਾਬ ਦੇ ਵਿੱਚ ਰਾਜਨੀਤਿਕ ਤੌਰ 'ਤੇ ਜਿਸ ਤਰੀਕੇ ਦੀ ਨੂਰਾਕਸ਼ੀ ਚੱਲ ਰਹੀ ਹੈ ਉਹਦੇ ਬਾਰੇ, ਔਰ ਖਾਸ ਕਰਕੇ ਜੇ ਮੈਂ ਪੰਜਾਬ ਆਮ ਆਦਮੀ ਪਾਰਟੀ ਦੀ ਗੱਲ ਕਰਾਂ, ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਗੱਲ ਕਰਾਂ, ਲਗਾਤਾਰ ਮੁੱਖ ਮੰਤਰੀ ਭਗਵੰਤ ਮਾਨ ਹੋਣ, ਇਹਨਾਂ ਦੇ ਮੰਤਰੀ ਹੋਣ, ਇਹਨਾਂ ਦੇ ਲੀਡਰ ਹੋਣ, ਇੱਕੋ ਗੱਲ ਕਰਦੇ ਨੇ ਕਿ ਜੀ ਦੇਸ਼ ਦੇ ਵਿੱਚ ਜਿਹੜਾ ਈਡੀ ਦਾ ਦੁਰਉਪਯੋਗ ਹੋ ਰਿਹਾ ਉਹ ਵਿਰੋਧੀਆਂ ਦੀ ਆਵਾਜ਼ ਦਬਾਉਣ ਦੇ ਲਈ ਕੀਤਾ ਜਾ ਰਿਹਾ। ਪਰ ਸਵਾਲ ਉਦੋਂ ਵੱਡਾ ਖੜਾ ਹੋ ਜਾਂਦਾ ਹੈ ਕਿ ਅਗਰ ਦੇਸ਼ ਦੇ ਵਿੱਚ ਜੋ ਹੋ ਰਿਹਾ ਉਹ ਗਲਤ ਹੈ, ਤਾਂ ਫਿਰ ਸੂਬੇ ਦੇ ਵਿੱਚ ਜੋ ਵਿਜੀਲੈਂਸ ਕਰ ਰਹੀ ਹੈ, ਜੋ ਸਟੇਟ ਪੁਲਿਸ ਕਰ ਰਹੀ ਹੈ, ਕੀ ਉਹ ਸਹੀ ਹੈ? ਕਿਉਂਕਿ ਅੱਜ ਪੰਜਾਬ ਦੇ ਵਿੱਚ ਨਾ ਤਾਂ ਮੀਡੀਆ ਨੂੰ ਆਜ਼ਾਦੀ ਹੈ, ਨਾ ਪੋਲੀਟੀਕਲ ਵਿਰੋਧੀਆਂ ਨੂੰ ਬਖਸ਼ਿਆ ਜਾ ਰਿਹਾ, ਆਵਾਜ਼ ਬੰਦ ਕਰਨ ਦੇ ਲਈ ਧਮਕਾਇਆ ਜਾਂਦਾ, ਝੂਠੇ ਪਰਚੇ ਦਰਜ ਕੀਤੇ ਜਾਂਦੇ ਨੇ। ਫਿਰ ਇਹ ਤਾਂ ਇੱਕੋ ਸਿੱਕੇ ਦੇ ਦੋ ਪਹਿਲੂ ਹੋਏ। ਜੋ ਕੇਂਦਰ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਇਲਜ਼ਾਮ ਲਾ ਰਹੀ ਹੈ, ਉਹੀ ਕੁਛ ਪੰਜਾਬ ਦੇ ਵਿੱਚ ਚੱਲ ਰਿਹਾ, ਅਤੇ ਪੰਜਾਬ ਦੇ ਸਾਰੇ ਮੁੱਦੇ ਛੱਡ ਕੇ ਇੱਕੋ ਗੱਲ ਹੋ ਰਹੀ ਹੈ ਕਿ ਜੀ ਕੇਜਰੀਵਾਲ ਸਾਹਿਬ ਨੂੰ ਬੰਦ ਕਰਤਾ, ਪਤਾ ਨਹੀਂ ਕਿਹੜੀ ਪਰਲੋ ਆ ਗਈ। ਉਹ ਅਰਵਿੰਦ ਕੇਜਰੀਵਾਲ ਜਿਨ੍ਹਾਂ ਨੂੰ ਦੇਸ਼ ਦੀ ਸਰਵਉੱਚ ਅਦਾਲਤ ਨੇ ਕਿਹਾ ਕਿ 338 ਕਰੋੜ ਦਾ ਭ੍ਰਿਸ਼ਟਾਚਾਰ ਕੀਤਾ, 9 ਸੰਮਨ ਦੇਣ ਦੇ ਬਾਵਜੂਦ ਉਹ ਪੇਸ਼ ਨਹੀਂ ਹੋਏ, ਉਹਨਾਂ ਦੇ ਮੰਤਰੀ ਜੇਲ੍ਹ ਦੇ ਵਿੱਚ ਬੈਠੇ ਨੇ, ਜ਼ਮਾਨਤਾਂ ਕੋਰਟਾਂ ਦੇ ਨਹੀਂ ਰਹੀਆਂ, ਅਤੇ ਹਲੇ ਕਹਿੰਦੇ ਜੀ ਬੇਕਸੂਰ ਹੈ, ਅਤੇ ਉਹਨਾਂ ਦੀ ਫੋਟੋ ਇਹਨਾਂ ਨੇ ਸ਼ਹੀਦ ਆਜ਼ਮ ਭਗਤ ਸਿੰਘ ਜੀ ਅਤੇ ਬਾਬਾ ਸਾਹਿਬ ਅੰਬੇਦਕਰ ਦੇ ਨਾਲ ਲਾਈ, ਉਹ ਸ਼ਖਸੀਅਤਾਂ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਾਇਆ, ਦੇਸ਼ ਨੂੰ ਸੰਵਿਧਾਨ ਦਿੱਤਾ, ਅਤੇ ਕੇਜਰੀਵਾਲ ਨੇ ਕੀ ਕੀਤਾ, 338 ਕਰੋੜ ਦਾ ਐਕਸਾਈਜ਼ ਘੁਟਾਲਾ। ਔਰ ਕੱਲ੍ਹ ਸਾਡੇ ਮਾਣਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸਾਹਿਬ ਇੱਕ ਬਹੁਤ ਵੱਡੇ ਅਖਬਾਰ ਦੇ ਇੱਕ ਉੱਘੇ ਜਰਨਲਿਸਟ ਨੂੰ ਇੰਟਰਵਿਊ ਦਿੰਦੇ ਨੇ, ਜਿਹੜੀ ਕਿ ਅੱਧੇ ਅੱਧੇ ਪੇਜ ਦੀ ਛਪੀ ਹੈ, ਜਿੱਥੇ ਪੰਜਾਬ ਬਾਰੇ ਹੋਰ ਬਹੁਤ ਕੁਛ ਝੂਠ ਬੋਲਿਆ। ਉੱਥੇ ਮੁੱਖ ਮੰਤਰੀ ਸਾਹਿਬ ਨੂੰ ਇੱਕ ਸਵਾਲ ਕੀਤਾ ਗਿਆ ਕਿ ਜਿਹੜਾ ਸਰਦਾਰ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਕੇਸ ਹੈ, ਉਹਦੇ ਬਾਰੇ ਤੁਸੀਂ ਕੀ ਕਹਿਣਾ? ਔਰ ਹੈਰਾਨ ਹੋ ਜਾਓਗੇ ਕਿ ਸਾਡੇ ਮੁੱਖ ਮੰਤਰੀ ਇਹ ਗੱਲ ਐਡਮਿਟ ਕਰਦੇ ਨੇ, ਕਹਿੰਦੇ ਜੀ ਕਾਂਗਰਸ ਨੇ ਤਾਂ ਝੂਠਾ ਪਰਚਾ ਦਿੱਤਾ ਸੀ, ਉਹਦੇ 'ਚ ਤਾਂ ਲੂਜ਼ ਐਂਡ ਸੀ। ਔਰ ਸਾਰਿਆਂ ਨੂੰ ਪਤਾ ਕਿ ਜਿਸ ਤਰੀਕੇ ਚਰਨਜੀਤ ਚੰਨੀ, ਸੁੱਖੀ ਰੰਧਾਵਾ ਜੀ ਅਤੇ ਕਾਂਗਰਸ ਦੀ ਸਰਕਾਰ, ਇਹਨਾਂ ਨੇ ਆਪਣੀ ਨਾਕਾਮੀ ਛੁਪਾਉਣ ਦੇ ਲਈ ਸਰਦਾਰ ਬਿਕਰਮ ਸਿੰਘ ਮਜੀਠੀਆ 'ਤੇ ਹਨੇਰੀਆਂ ਰਾਤਾਂ ਦੇ ਵਿੱਚ ਇੱਕ ਜਿਹੜਾ ਮਹੀਨੇ ਦਾ DGP ਸੀ ਉਹਨੂੰ ਲਿਆ ਕੇ ਪਰਚਾ ਦਰਜ ਕੀਤਾ, ਅਤੇ ਕੱਲ੍ਹ ਭਗਵੰਤ ਮਾਨ ਸਾਹਿਬ ਨੇ ਇਹ ਮੰਨਿਆ ਕਿ ਜੀ ਉਹ ਬੜਾ ਝੂਠਾ ਜਿਹਾ ਪਰਚਾ ਸੀ। ਪਰ ਜਿਹੜੀ ਅੱਗੇ ਗੱਲ ਮੁੱਖ ਮੰਤਰੀ ਸਾਹਿਬ ਨੇ ਬਹੁਤ ਸੰਗੀਨ ਕੀਤੀ, ਮੁੱਖ ਮੰਤਰੀ ਸਾਹਿਬ ਕਹਿੰਦੇ ਜੀ ਕਿ ਹੁਣ ਮੈਂ ਕੇਸ ਫਾਈਲ ਰੀਰਾਈਟ ਕਰ ਰਿਹਾ। ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਮੁੱਖ ਮੰਤਰੀ ਸਾਹਿਬ ਤੁਸੀਂ ਕੀ ਐਵੀਡੈਂਸ ਕ੍ਰੀਏਟ ਕਰ ਰਹੇ ਹੋ ਕਿ ਇਹ ਰੀਰਾਈਟ ਹੈ ਤੁਹਾਡਾ? ਤੁਸੀਂ ਮੰਨ ਲਿਆ ਕਿ ਕੇਸ ਝੂਠਾ, ਪੰਜਾਬ ਹਰਿਆਣਾ ਹਾਈ ਕੋਰਟ ਨੇ ਕਹਿਤਾ ਕਿ ਸਰਦਾਰ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਇੱਕ ਕਿਣਕਾ ਵੀ ਸਬੂਤ ਇਸ ਗੱਲ ਦਾ ਨਹੀਂ ਕਿ ਜਿਸ ਤਰੀਕੇ ਦਾ ਝੂਠਾ ਪਰਚਾ ਡਰੱਗ ਨੂੰ ਲੈ ਕੇ ਉਹਨਾਂ 'ਤੇ ਦਿੱਤਾ ਗਿਆ ਕਿ ਸਰਦਾਰ ਬਿਕਰਮ ਸਿੰਘ ਮਜੀਠੀਆ ਨੂੰ ਉਸ ਕੇਸ ਦੇ ਨਾਲ ਕਨੈਕਟ ਕੀਤਾ ਜਾਵੇ। ਅਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਕਿ ਜੀ ਉਹ ਕੇਸ ਤਾਂ ਝੂਠਾ ਸੀ, ਹੁਣ ਮੈਂ ਰੀਰਾਈਟ ਕਰ ਰਿਹਾ, ਹੁਣ ਮੈਂ ਐਵੀਡੈਂਸ ਕ੍ਰੀਏਟ ਕਰ ਰਿਹਾ। ਤਾਂ ਇਹਦਾ ਮਤਲਬ ਸਪਸ਼ਟ ਹੈ ਕਿ ਕੀ ਸਰਕਾਰ
ਹੁਣ ਸਰਦਾਰ ਬਿਕਰਮ ਸਿੰਘ ਮਜੀਠੀਆ ਨੂੰ ਝੂਠੇ ਤੌਰ 'ਤੇ ਸਿਆਸੀ ਰੰਜਿਸ਼ ਕਰਕੇ ਇੰਪਲੀਕੇਟ ਕਰਨਾ ਚਾਹੁੰਦੀ ਹੈ ਕਿ ਤਾਂ ਹੀ ਲਗਾਤਾਰ ਐੱਸ ਆਈ ਟੀ ਦੇ ਮੁਖੀ ਬਦਲ ਰਹੇ ਨੇ, ਕਿਉਂਕਿ ਐੱਸ ਆਈ ਟੀ ਦੇ ਜਿਹੜੇ ਮੁਖੀ ਨੇ ਉਹ ਸਰਕਾਰ ਦੀ ਲਾਈਨ ਟੋ ਕਰਨ ਨੂੰ ਤਿਆਰ ਨਹੀਂ। ਜੋ ਮੁੱਖ ਮੰਤਰੀ ਦਫ਼ਤਰ 'ਚੋਂ ਉਹਨਾਂ ਨੂੰ ਹੁਕਮ ਆਉਂਦੇ ਨੇ ਉਹ ਹੁਕਮ ਮੰਨਣ ਦੇ ਲਈ ਤਿਆਰ ਨਹੀਂ, ਔਰ ਉਹਨਾਂ ਨੂੰ ਪ੍ਰਲੋਭਨ ਦੇ ਕੇ ਲਿਆਂਦਾ ਜਾਂਦਾ, ਕਿਸੇ ਨੂੰ ਰਿਟਾਇਰਮੈਂਟ ਤੋਂ ਪਹਿਲਾਂ ਪੋਸਟਿੰਗ, ਕਿਸੇ ਨੂੰ ਵੈਸੇ ਪਲੰਬ ਪੋਸਟਿੰਗ, ਔਰ ਕਿਉਂਕਿ ਉਹ ਝੂਠੇ ਸਬੂਤ ਬਣਾ ਨਹੀਂ ਪਾ ਰਹੇ, ਉਹ ਮੁੱਖ ਮੰਤਰੀ ਜੋ ਕਹਿੰਦੇ ਨੇ ਉਹ ਕਰ ਨਹੀਂ ਪਾ ਰਹੇ, ਇਸ ਲਈ ਫਿਰ ਐੱਸ ਆਈ ਟੀ ਬਦਲੀ ਜਾਂਦੀ ਹੈ, ਫਿਰ ਨਵਾਂ ਮੁਖੀ ਲਿਆਂਦਾ ਜਾਂਦਾ ਤਾਂ ਜੋ ਝੂਠੇ ਸਬੂਤ ਘੜੇ ਜਾਣ। ਮੈਂ ਥੋੜ੍ਹੇ ਦਿਨ ਪਹਿਲਾਂ ਵੀ ਖੁਲਾਸਾ ਕੀਤਾ ਸੀ ਕਿ ਕਿਸ ਤਰੀਕੇ ਦੇ ਨਾਲ ਉਸ ਕੇਸ ਦੇ ਵਿੱਚ ਜਿਹੜੇ ਉਸ ਸਮੇਂ ਦੇ ਆਈ ਜੀ ਸੀ ਉਹਨਾਂ ਨੇ ਵਿਟਨੈਸ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ, ਰਿਟਨ ਸਟੇਟਮੈਂਟ ਤੱਕ ਭੇਜੀਆਂ ਕਿ ਤੁਸੀਂ ਆਹ ਗਵਾਹੀ ਦੇ ਦਿਓ, ਪਰ ਉਹ ਤਾਂ ਚਲੋ ਮੈਂ ਧੰਨਵਾਦ ਕੀਤਾ ਉਸ ਸਮੇਂ ਵੀ ਕਿ ਬੰਦੇ ਉਹਨਾਂ ਦੀ ਜ਼ਮੀਰਾਂ ਜਾਗਦੀਆਂ ਨੇ, ਉਹ ਕਹਿੰਦੇ ਅਸੀਂ ਸਰਕਾਰ ਦਾ ਝੂਠ ਨਹੀਂ ਪਰੋਸਣਾ, ਨਾ ਸਾਨੂੰ ਕੋਈ ਨੌਲੇਜ ਹੈ, ਇਸ ਲੈਵਲ 'ਤੇ ਸਰਕਾਰ ਕੰਮ ਕਰ ਰਹੀ ਹੈ। ਤਦੋਂ ਹੁਣ ਜਦੋਂ ਅਫਸਰਸ਼ਾਹੀ ਗਲਤ ਕੰਮ ਕਰਨ ਨੂੰ ਤਿਆਰ ਨਹੀਂ, ਕਿਉਂਕਿ ਅਫਸਰ ਤਾਂ ਕਾਨੂੰਨ ਦਾ ਬੰਨਿਆ, ਅਫਸਰ ਨੇ ਤਾਂ ਜੋ ਸੰਵਿਧਾਨ ਕਹਿੰਦਾ ਹੈ, ਜੋ ਰੂਲ ਬੁੱਕ ਕਹਿੰਦੀ ਹੈ, ਅਫਸਰ ਨੇ ਤਾਂ ਉਹਦੇ ਮੁਤਾਬਕ ਕੰਮ ਕਰਨਾ। ਪਰ ਕੀ ਹੁਣ ਮੁੱਖ ਮੰਤਰੀ ਆਪ ਇਨਵੈਸਟੀਗੇਟਰ ਬਣ ਗਏ ਨੇ? ਕਿ ਹੁਣ ਮੁੱਖ ਮੰਤਰੀ ਆਪ DA ਲੀਗਲ ਬਣ ਗਏ ਨੇ? ਕਿ ਮੁੱਖ ਮੰਤਰੀ ਹੁਣ ਆਪ ਕੋਰਟ ਬਣ ਕੇ ਫੈਸਲਾ ਕਰਨਗੇ? ਸੋ ਇਹਦਾ ਮਤਲਬ ਕਿ ਹੁਣ ਜਿਹੜੀਆਂ ਐੱਸ ਆਈ ਟੀਆਂ ਨੇ ਉਹ ਤਾਂ ਨਾਮ ਦੀਆਂ ਰਹਿ ਗਈਆਂ ਨੇ, ਹੁਣ ਤਾਂ ਫਿਰ ਕੋਚ ਸਾਹਿਬ ਆਪ ਹੀ ਮੂਹਰੇ ਹੋਏ ਨੇ, ਕਿਉਂਕਿ ਅਫਸਰ ਤਾਂ ਗਲਤ ਕੰਮ ਕਰਨ ਨੂੰ ਤਿਆਰ ਨਹੀਂ। ਇਸ ਲਈ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਗੱਲ ਕਹਿਣੀ ਪੈ ਰਹੀ ਹੈ ਕਿ ਭਾਈ ਹੁਣ ਮੈਂ ਰੀਰਾਈਟ ਕਰ ਰਿਹਾ, ਉਹਦਾ ਮਤਲਬ ਹੈ ਕਿ ਹੁਣ ਮੈਂ ਐਵੀਡੈਂਸ ਕ੍ਰੀਏਟ ਕਰ ਰਿਹਾ, ਹੁਣ ਮੈਂ ਫਾਈਲ ਨਵੇਂ ਸਿਰੇ ਤੋਂ ਬਣਾ ਰਿਹਾ। ਜੋ ਐਵੀਡੈਂਸ ਅੱਜ ਤੱਕ ਆਇਆ, ਕਿਉਂਕਿ 2 ਸਾਲ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੂੰ ਹੋ ਗਏ, ਕਾਂਗਰਸ ਨੇ ਤਾਂ ਜਾਂਦੇ ਜਾਂਦੇ ਉਹ ਹਨੇਰੀ ਰਾਤ 'ਚ ਜਿਹੜਾ ਝੂਠਾ ਕੰਮ ਕੀਤਾ ਉਹ ਕੀਤਾ, ਉਹ ਮੰਨ ਵੀ ਲਿਆ ਕਾਂਗਰਸ ਆਪਣਾ ਭਗਵੰਤ ਮਾਨ ਸਾਹਿਬ ਨੇ ਕਿ ਉਹ ਝੂਠਾ ਪਰਚਾ ਸੀ। ਤਾਂ ਕੀ ਹੁਣ ਨਵੇਂ ਸਿਰੇ ਤੋਂ ਐਵੀਡੈਂਸ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਮੁੱਖ ਮੰਤਰੀ ਸਾਹਿਬ, ਇਹ ਤੁਸੀਂ ਆਪਣਾ ਚਿਹਰਾ ਖੁਦ ਬੇਨਕਾਬ ਕਰ ਲਿਆ, ਇਹਦੀ ਜਵਾਬਦੇਹੀ ਅੱਜ ਤੁਹਾਡੀ ਹੈ ਕਿ ਕੀ ਅੱਜ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਆਪ ਸ਼ਡਿਅੰਤਰ ਰਚ ਰਹੇ ਨੇ ਬਤੌਰ ਮੁੱਖ ਮੰਤਰੀ? ਕਿਉਂਕਿ ਇਹ ਤਾਂ ਮੁੱਖ ਮੰਤਰੀ ਦਾ ਕੰਮ ਹੀ ਨਹੀਂ, ਇਨਵੈਸਟੀਗੇਸ਼ਨ ਕਰਨਾ ਅਫਸਰਾਂ ਦਾ ਕੰਮ ਹੈ, ਉਹ ਇਨਵੈਸਟੀਗੇਸ਼ਨ ਨੂੰ ਵੈਲਿਊ ਕਰਨਾ, ਉਹਦੇ 'ਚ ਕੀ ਤੱਥ ਨੇ, ਉਹ DA ਲੀਗਲ ਦਾ ਕੰਮ ਹੈ, ਅਤੇ ਉਸ ਐਵੀਡੈਂਸ ਨੂੰ ਐਪਰੀਸ਼ੀਏਟ ਕਰਨਾ ਉਹ ਕੋਰਟਾਂ ਦਾ ਕੰਮ ਹੈ। ਸੋ ਮੁੱਖ ਮੰਤਰੀ ਕਿਸ ਕਪੈਸਿਟੀ ਦੇ ਵਿੱਚ ਖੁੱਲ੍ਹੇਆਮ ਬਿਆਨ ਦਿੰਦੇ ਨੇ ਕਿ ਜੀ ਹੁਣ ਮੈਂ ਐਵੀਡੈਂਸ ਨੂੰ ਰੀਰਾਈਟ ਕਰ ਰਿਹਾ? ਇੱਥੋਂ ਇੱਕ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ, ਆਮ ਆਦਮੀ ਪਾਰਟੀ ਸਰਕਾਰ ਲੋਕਾਂ ਦੇ ਨਾਲ ਕੀਤੇ ਝੂਠੇ ਵਾਅਦਿਆਂ ਤੋਂ ਹੁਣ ਭੱਜਣ ਨੂੰ ਤਿਆਰ ਖੜੀ ਹੈ, ਔਰ ਉਹ ਵਾਅਦਿਆਂ ਦੇ ਤਹਿਤ, ਕਿਉਂਕਿ ਹੁਣ ਲੋਕਾਂ ਦਾ ਧਿਆਨ ਭਟਕਾਉਣਾ। ਸੋ ਇਸ ਤਰੀਕੇ ਦੇ ਸ਼ਡਿਅੰਤਰ ਹੁਣ ਮੁੱਖ ਮੰਤਰੀ ਆਪ ਰਚਨਾ ਚਾਹੁੰਦੇ ਨੇ, ਅਤੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਹਿ ਦਿੰਦਾ ਕਿ ਅੱਜ ਪੰਜਾਬ ਦੇ ਜੋ ਹਾਲਾਤ ਨੇ, ਲੋਕ ਆਮ ਆਦਮੀ ਪਾਰਟੀ ਤੋਂ, ਮੁੱਖ ਮੰਤਰੀ ਭਗਵੰਤ ਮਾਨ ਤੋਂ ਤੰਗ ਆ ਚੁੱਕੇ ਨੇ। ਕੋਚ ਸਾਹਿਬ, ਜਦੋਂ ਗਰਾਊਂਡ ਗਿੱਲਾ ਹੁੰਦਾ ਨਾ, ਉਦੋਂ ਗੋਲਾ ਸਿੱਟਣ ਆਪ ਨਹੀਂ ਆਉਂਦੇ, ਕਿਉਂਕਿ ਨੀਚੋਂ ਪੈਰ ਤਿਲਕ ਕੇ ਲੱਤਾਂ ਹਵਾ 'ਚ ਹੋ ਜਾਂਦੀਆਂ ਨੇ ਅਤੇ ਗੋਲਾ ਆਪਣੇ ਆਪ 'ਤੇ ਹੀ ਡਿੱਗ ਜਾਂਦਾ। ਅਤੇ ਅੱਜ ਪੰਜਾਬ ਦੇ ਭਗਵੰਤ ਮਾਨ ਸਾਹਿਬ ਉਹੀ ਹਾਲਾਤ ਨੇ। ਇਹ ਜਿਹੜਾ ਝੂਠ ਦਾ ਸ਼ਡਿਅੰਤਰ ਤੁਸੀਂ ਰਚਨਾ ਚਾਹੁੰਦੇ ਹੋ, ਇਹ ਗੋਲਾ ਅੱਜ ਤੁਹਾਡੇ 'ਤੇ ਆ ਕੇ ਡਿੱਗਣਾ ਹੈ, ਕਿਉਂਕਿ ਪੰਜਾਬ ਅੱਜ ਕੀਤੇ ਵਾਅਦਿਆਂ ਦਾ ਜਵਾਬ ਮੰਗਦਾ, ਪੰਜਾਬ ਅੱਜ 1000 ਰੁਪਈਆ ਮੰਗਦਾ, ਪੰਜਾਬ ਅੱਜ ਡਿਵੈਲਪਮੈਂਟ ਮੰਗਦਾ, ਪੰਜਾਬ ਅੱਜ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਮੰਗਦਾ, ਪੰਜਾਬ ਅੱਜ ਜਿਹੜੀ ਪੰਜਾਬ ਛੱਡ ਕੇ ਇੰਡਸਟਰੀ ਬਾਹਰ ਜਾ ਰਹੀ ਹੈ ਉਹਦੇ 'ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਜਵਾਬ ਮੰਗਦਾ, ਪੰਜਾਬ ਅੱਜ ਜਿਹੜਾ ਪੰਜਾਬ ਦੇ ਸਿਰ 'ਤੇ ਕਰਜ਼ਾ ਚੜ੍ਹਾਤਾ ਤੁਸੀਂ
66,000 crore ਦਾ 2 ਸਾਲਾਂ 'ਚ ਅੱਜ ਉਹਦੀ ਭਰਪਾਈ ਮੰਗਦਾ, ਉਹਦਾ ਜਵਾਬ ਮੰਗਦਾ। ਅਤੇ ਜਿਸ ਪੰਜਾਬ ਨੂੰ ਖੋਰਾ ਲਾਇਆ ਤੁਸੀਂ ਅਰਵਿੰਦ ਕੇਜਰੀਵਾਲ ਨੂੰ ਨੈਸ਼ਨਲ ਲੀਡਰ ਬਣਾਉਣ 'ਤੇ, ਉਹ ਨੈਸ਼ਨਲ ਲੀਡਰ ਤਾਂ ਬਣੇ ਨਹੀਂ, ਉਹ ਭ੍ਰਿਸ਼ਟਾਚਾਰੀ ਬਣ ਕੇ ਅੱਜ ਜੇਲ੍ਹ ਦੇ ਵਿੱਚ ਬੈਠੇ ਨੇ। ਸੋ ਜੋ ਅਰਵਿੰਦ ਕੇਜਰੀਵਾਲ ਦੇ ਪਿੱਛੇ ਪੰਜਾਬ ਦੀ ਬਰਬਾਦੀ ਕੀਤੀ ਹੈ, ਅੱਜ ਪੰਜਾਬ ਉਸ ਬਰਬਾਦੀ ਦਾ ਜਵਾਬ ਮੰਗਦਾ। ਔਰ ਹਰ ਇੱਕ ਗੱਲ 'ਤੇ ਮੈਂ ਅੱਜ ਕਹਿਣਾ ਚਾਹੁੰਦਾ ਕਿ ਮੁੱਖ ਮੰਤਰੀ ਸਾਹਿਬ ਝੂਠ 'ਤੇ ਝੂਠ, ਸ਼ਡਿਅੰਤਰ 'ਤੇ ਸ਼ਡਿਅੰਤਰ, ਝੂਠੇ ਪਰਚੇ, ਝੂਠੀਆਂ ਇਨਵੈਸਟੀਗੇਸ਼ਨਾਂ, ਝੂਠੀਆਂ ਕਾਰਵਾਈਆਂ, ਅਤੇ ਲੋਕਾਂ ਨੂੰ ਕਹਿੰਦੇ ਹੋ ਜੀ 13-0 ਹੋ ਜਾਣਾ ਪੰਜਾਬ 'ਚ। ਮੈਂ ਮੁੱਖ ਮੰਤਰੀ ਸਾਹਿਬ, ਅੱਜ ਤੁਸੀਂ ਇੱਕ ਗੱਲ ਨੋਟ ਕਰ ਲਿਓ, ਪੰਜਾਬ ਦੇ ਵਿੱਚ 0-13 ਹੋਣਾ। ਔਰ ਜਿਹੜਾ ਇਹ ਨਵਾਂ ਅਲਾਇੰਸ ਹੈ ਨਾ, ਹੱਥ ਦੇ ਵਿੱਚ ਝਾੜੂ ਫੜਿਆ, ਇਹਦਾ 0-13 ਹੋਣਾ ਪੰਜਾਬ ਦੇ ਵਿੱਚ। ਔਰ ਲੋਕਾਂ ਨੇ ਤੁਹਾਡੇ ਇਸ ਅਲਾਇੰਸ ਨੂੰ ਮੁੱਢ ਤੋਂ ਨਕਾਰ ਦੇਣਾ। ਪਰ ਸਵਾਲ ਇਹ ਉੱਠਦਾ ਕਿ ਕੀ ਇਹਦੇ ਲਈ ਪੰਜਾਬ ਦੇ ਵਿੱਚ ਸਰਕਾਰੀ ਤੰਤਰ ਨੂੰ ਵਰਤਿਆ ਜਾ ਰਿਹਾ, ਸਰਕਾਰੀ ਮਸ਼ੀਨਰੀ ਦਾ ਦੁਰਉਪਯੋਗ ਹੋ ਰਿਹਾ। ਔਰ ਅੱਜ ਮੇਰਾ ਇਲੈਕਸ਼ਨ ਕਮਿਸ਼ਨ ਨੂੰ, ਖਾਸ ਕਰਕੇ ਚੀਫ ਇਲੈਕਟੋਰਲ ਅਫਸਰ ਸਿਬਨ ਸਾਹਿਬ ਨੂੰ ਵੀ ਸਵਾਲ ਕਿ ਲਗਾਤਾਰ ਸਰਕਾਰੀ ਕੋਠੀਆਂ 'ਚੋਂ ਕੋਡ ਆਫ ਕੰਡਕਟ ਲੱਗਣ ਦੇ ਬਾਵਜੂਦ ਪ੍ਰੈਸ ਕਾਨਫਰੰਸਾਂ ਹੋ ਰਹੀਆਂ ਨੇ। ਅੱਜ ਸਵੇਰੇ ਵੀ ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਪੂਲ ਦੀ ਸਰਕਾਰੀ ਕੋਠੀ ਦੇ ਵਿੱਚ ਬਹਿ ਕੇ ਪ੍ਰੈਸ ਕਾਨਫਰੰਸ ਕੀਤੀ ਹੈ। ਕੀ ਮਜਬੂਰੀ ਹੈ ਇਲੈਕਸ਼ਨ ਕਮਿਸ਼ਨ ਦੀ ਕਿ ਇਸ ਪਾਸੇ ਨੂੰ ਧਿਆਨ ਨਹੀਂ ਜਾ ਰਿਹਾ, ਜਾਂ ਇਹਨਾਂ 'ਤੇ ਕਿਉਂ ਨਹੀਂ ਕਾਰਵਾਈ ਕੀਤੀ ਜਾਂਦੀ? ਕਿਉਂਕਿ ਜਦੋਂ ਕੋਡ ਆਫ ਕੰਡਕਟ ਲੱਗਿਆ ਹੋਵੇ ਤਾਂ ਸਰਕਾਰੀ ਕੋਠੀਆਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਆਪਣੀ ਪੋਲੀਟੀਕਲ ਕਾਰਵਾਈਆਂ ਨੂੰ ਅੰਜਾਮ ਦੇ ਰਹੀ ਹੈ, ਇੱਥੋਂ ਸਪਸ਼ਟ ਹੈ ਕਿ ਸਰਕਾਰੀ ਤੰਤਰ ਦਾ ਦੁਰਉਪਯੋਗ ਇਕੱਲਾ ਵਿਰੋਧੀਆਂ ਦੇ ਖਿਲਾਫ਼ ਨਹੀਂ ਹੋ ਰਿਹਾ, ਇਕੱਲਾ ਵਿਰੋਧੀਆਂ ਦੇ ਖਿਲਾਫ਼ ਸ਼ਡਿਅੰਤਰ ਰਚਣ 'ਚ ਨਹੀਂ ਹੋ ਰਿਹਾ, ਝੂਠੇ ਕੇਸਾਂ ਦੇ ਵਿੱਚ ਫਸਾਉਣ ਦੇ ਲਈ ਨਹੀਂ ਹੋ ਰਿਹਾ। ਉਹਦਾ ਸ਼ਡਿਅੰਤਰ, ਉਹ ਸਰਕਾਰੀ ਤੰਤਰ ਦਾ ਮਿਸਯੂਜ਼, ਸਰਕਾਰ ਦੇ ਰਿਸੋਰਸਿਸ ਇੱਕ ਖਾਸ ਪੋਲੀਟੀਕਲ ਪਾਰਟੀ ਨੂੰ ਫਾਇਦਾ ਪਹੁੰਚਾਉਣ ਦੇ ਲਈ ਵਰਤੇ ਜਾ ਰਹੇ ਨੇ, ਇਹਨਾਂ 'ਤੇ ਵੀ ਮੁੱਖ ਮੰਤਰੀ ਸਾਹਿਬ ਜਵਾਬ ਦਿਓ। ਸੋ ਅੱਜ ਮੈਂ ਤੁਹਾਡੇ ਮਾਧਿਅਮ ਦੇ ਨਾਲ 2 ਸਵਾਲ ਸਿੱਧੇ ਸਿੱਧੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਰਨਾ ਚਾਹੁੰਦਾ ਕਿ ਕੀ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਇੰਟਰਵਿਊ ਦੇ ਵਿੱਚ ਇਹ ਗੱਲ ਸਪਸ਼ਟ ਤੌਰ 'ਤੇ ਮੰਨ ਲਈ ਹੈ ਕਿ ਸਰਦਾਰ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ਼ ਜਿਹੜਾ ਕਾਂਗਰਸ ਸਰਕਾਰ ਨੇ ਪਰਚਾ ਦਿੱਤਾ ਉਹ ਬਿਲਕੁਲ ਦਿਸ਼ਾਹੀਨ ਅਤੇ ਝੂਠਾ ਪਰਚਾ? ਔਰ ਦੂਜਾ ਸਵਾਲ ਕਿ ਕੀ ਹੁਣ ਮੁੱਖ ਮੰਤਰੀ ਸਾਹਿਬ ਆਪ ਕੇਸ ਫਾਈਲ ਬਣਾ ਰਹੇ ਨੇ? ਕਿਉਂਕਿ ਇੰਟਰਵਿਊ ਦੇ ਮੁਤਾਬਕ ਮੁੱਖ ਮੰਤਰੀ ਕਹਿੰਦੇ ਕਿ ਹੁਣ ਮੈਂ ਕ੍ਰੀਏਟ ਕਰ ਰਿਹਾ, ਹੁਣ ਮੈਂ ਰੀਰਾਈਟ ਕਰ ਰਿਹਾ, ਤਾਂ ਕੀ ਹੁਣ ਕੋਈ ਨਵੀਂ ਜਿਹੜੀ ਕੇਸ ਫਾਈਲ ਹੈ ਜਿਹਨੂੰ ਅਫਸਰਸ਼ਾਹੀ ਨਹੀਂ ਮੰਨਦੀ, ਜਿਹਨੂੰ ਮੁੱਖ ਮੰਤਰੀ ਨੇ ਇਨਵੈਸਟੀਗੇਸ਼ਨ ਨੂੰ ਸਿੱਟ ਮੁਖੀ ਆਪ ਬਣ ਕੇ ਆਪਣੇ ਹੱਥ 'ਚ ਲੈ ਲਿਆ, ਕਿ ਹੁਣ ਮੁੱਖ ਮੰਤਰੀ ਸਾਹਿਬ ਝੂਠੀ ਕਹਾਣੀ ਲਿਖ ਰਹੇ ਨੇ? ਸੋ ਇਹ 2 ਗੱਲਾਂ 'ਤੇ ਮੁੱਖ ਮੰਤਰੀ ਸਾਹਿਬ ਜਵਾਬ ਦੇਣ। ਔਰ ਜਿਹੜੀ ਤੀਸਰੀ ਗੱਲ ਉਹ ਮੈਂ ਥੋੜ੍ਹੀ ਜਿਹੀ ਕਰਨੀ ਚਾਹੁੰਦਾ, ਜਿਹੜੀ ਵਿਸ਼ੇ ਤੋਂ ਹਟ ਕੇ ਹੈ, ਉਹ ਜਿਹੜਾ ਕਾਂਗਰਸ ਨੇ ਕੱਲ੍ਹ ਮੈਨੀਫੈਸਟੋ ਜਾਰੀ ਕੀਤਾ। ਦੇਖੋ, ਕਾਂਗਰਸ ਨੇ ਜੋ ਝੂਠ ਪੰਜਾਬ ਦੇ ਵਿੱਚ 2017 ਦੀਆਂ ਚੋਣਾਂ ਦੇ ਵਿੱਚ ਪਰੋਸਿਆ ਕਿ ਜੀ ਘਰ ਘਰ ਨੌਕਰੀ ਦੇ ਦਾਂਗੇ, ਪੂਰਨ ਕਰਜ਼ਾ ਮਾਫੀ ਹੋਊ, ਜਿਹੜਾ ਕਿਸਾਨ ਦਾ ਕਰਜ਼ਾ ਚਾਹੇ ਉਹ ਬੈਂਕ ਦਾ, ਚਾਹੇ ਆੜ੍ਹਤੀਏ ਦਾ, ਚਾਹੇ ਕੋਆਪਰੇਟਿਵ ਸੁਸਾਇਟੀ ਦਾ, ਸਾਰਿਆਂ 'ਤੇ ਕਾਟਾ ਮਾਰਿਆ ਜਾਊ। ਔਰ ਇਹ ਗੱਲਾਂ ਇਕੱਲੀਆਂ ਘੋਸ਼ਣਾ ਪੱਤਰ ਫੜ ਕੇ ਨਹੀਂ ਕਹੀਆਂ ਸੀ ਕਾਂਗਰਸ ਨੇ, ਪੰਜਾਬ ਦੇ ਵਿੱਚ ਤਾਂ ਗੁਟਕਾ ਸਾਹਿਬ ਫੜ ਕੇ ਸਮੂਹਿਕ ਤੌਰ 'ਤੇ ਕਹੀਆਂ ਸੀ। ਅਤੇ ਉਹਦਾ ਸਿੱਟਾ ਕੀ ਨਿਕਲਿਆ ਕਿ ਕਿਸਾਨਾਂ ਨੇ ਲੋਨ ਦੀਆਂ ਕਿਸ਼ਤਾਂ ਭਰਨੀਆਂ ਬੰਦ ਕੀਤੀਆਂ, ਬੈਂਕਾਂ ਦੇ ਡਿਫਾਲਟਰ ਹੋਏ, ਟਰੈਕਟਰ ਬੈਂਕ ਲੈ ਗਏ, ਜ਼ਮੀਨਾਂ ਕੁਰਕ ਹੋਈਆਂ, ਅਤੇ ਪੰਜਾਬ ਦੇ ਵਿੱਚ ਜਿਹੜਾ ਕਿਸਾਨ ਆਤਮ ਹੱਤਿਆ ਉਹ ਕਾਂਗਰਸ ਦੇ ਰਾਜ ਦੇ ਵਿੱਚ ਬਹੁਤ ਵੱਧ ਗਈ ਅਤੇ ਜਿਹੜੀ ਅੱਜ ਤੱਕ ਨਿਰੰਤਰ ਜਾਰੀ ਹੈ। ਅਤੇ ਜਿਹੜੀ ਕਾਂਗਰਸ ਪੰਜਾਬ ਦੇ ਵਿੱਚ ਗੁਟਕਾ ਸਾਹਿਬ ਹੱਥ ਦੇ ਵਿੱਚ ਲੈ ਕੇ
ਝੂਠੇ ਵਾਅਦੇ ਕਰ ਸਕਦੀ ਹੈ, ਵਾਅਦਿਆਂ ਤੋਂ ਭੱਜ ਸਕਦੀ ਹੈ। ਉਹਨੇ ਜਿਹੜਾ ਕੱਲ੍ਹ ਮੈਨੀਫੈਸਟੋ ਜਾਰੀ ਕੀਤਾ, ਜਿਹੜਾ ਨਿਆਂ ਦੇਣ ਦੀ ਗੱਲ ਕਰਦੇ ਨੇ, ਉਹ 'ਤੇ ਲੋਕ ਕਿੰਨਾ ਕੁ ਵਿਸ਼ਵਾਸ ਕਰਨਗੇ? ਕਿਉਂਕਿ ਅਨਿਆਂ ਵੀ ਸਭ ਤੋਂ ਵੱਧ ਜੇ ਦੇਸ਼ 'ਚ ਕੀਤਾ ਤਾਂ ਕਾਂਗਰਸ ਪਾਰਟੀ ਨੇ ਕੀਤਾ। ਉਹ ਕਿਹੜਾ ਅਨਿਆਂ ਸੀ? ਉਹ ਸੀ ਅਕਾਲ ਤਖਤ ਸਾਹਿਬ ਢਹਿ ਢੇਰੀ ਕਰਨ ਦਾ ਅਨਿਆਂ, ਉਹ ਸੀ ਐਮਰਜੈਂਸੀ ਲਾਉਣ ਦਾ ਅਨਿਆਂ, ਉਹ ਸੀ ਸਿੱਖ ਕਤਲੇਆਮ ਦਾ ਅਨਿਆਂ, ਉਹ ਸੀ ਪੰਜਾਬ ਦੇ ਸਿਰ 'ਤੇ ਜਿਹੜਾ ਪੰਜਾਬ ਦੇਸ਼ ਦੀ ਲੜਾਈ ਲੜ ਰਿਹਾ ਸੀ, ਉਹਦੇ ਜਿਹੜਾ ਸਾਰਾ ਫੋਰਸਿਸ ਦਾ ਖਰਚਾ ਸੀ ਉਹ ਸਾਰਾ ਪੰਜਾਬ ਦੇ ਉੱਤੇ ਪਾਉਣਾ 35,000 ਕਰੋੜ ਦਾ, ਜਿਹੜਾ ਅੱਜ ਵੱਧ ਕੇ 3,00,000 ਕਰੋੜ ਹੋ ਗਿਆ। ਉੱਥੋਂ ਸ਼ੁਰੂ ਹੋਈ ਪੰਜਾਬ ਦੀ ਵੱਡੀ ਤ੍ਰਾਸਦੀ, ਉਹ ਅਨਿਆਂ। ਸਾਡੀ ਇੱਕ ਪੀੜ੍ਹੀ ਮਾਰਨ ਦਾ ਅਨਿਆਂ, ਉਰੋਂ ਲੋਕਾਂ ਨੂੰ ਪੰਜਾਬ ਛੱਡ ਕੇ ਵਿਦੇਸ਼ਾਂ ਦੇ ਵਿੱਚ ਜਾ ਕੇ ਸੈਟਲ ਹੋਣ ਦਾ ਅਨਿਆਂ। ਸੋ ਪੰਜਾਬ ਦੇ ਨਾਲ ਜਿੰਨੇ ਅਨਿਆਂ ਕਾਂਗਰਸ ਨੇ ਕੀਤੇ, ਮੈਨੂੰ ਲੱਗਦਾ ਅੱਜ ਫਿਰ ਕਿਹੜਾ ਨਿਆਂ ਪੱਤਰ ਜਾਰੀ ਕੀਤਾ? ਚੰਡੀਗੜ੍ਹ ਪੰਜਾਬ ਨੂੰ ਵਾਅਦਾ ਕਰਕੇ ਮੁਕਰਨ ਦਾ ਅਨਿਆਂ। ਸੋ ਕਾਂਗਰਸ ਦੇ ਤਾਂ ਅਨਿਆਂ ਹੀ ਅਨਿਆਂ ਨੇ। ਸੋ ਹੁਣੇ ਦੋਨੋਂ ਇਕੱਠੇ ਨੇ, ਦੋਨਾਂ ਦੇ ਵਿੱਚ ਜਿਹੜੀ ਅੰਦਰ ਕਹਿੰਦੇ ਹੁੰਦੇ ਨੇ ਨਾ ਪਾਰਟੀਆਂ ਦੀ ਜਿਹੜੀ ਆਤਮਾ ਹੈ, ਆਤਮਾ ਇੱਕੋ ਹੀ ਹੈ। ਜੋ ਕਾਂਗਰਸ ਹੈ ਉਹੀ ਆਮ ਆਦਮੀ ਪਾਰਟੀ ਹੈ। ਇੱਕੋ ਸਿੱਕੇ ਦੇ ਇਹ ਦੋ ਪਹਿਲੂ ਨੇ, ਔਰ ਇੱਕੋ ਸਿੱਕੇ ਦੇ ਦੋ ਪਹਿਲੂ ਹੈ ਕਿੱਦਾਂ ਨੇ? ਕਿਉਂਕਿ ਜੇ ਉਰੇ ਕਾਂਗਰਸ ਨੇ NSA ਲਾਇਆ ਸੀ 1980 ਦੇ ਵਿੱਚ, ਉਹੀ NSA ਅੱਜ ਭਗਵੰਤ ਮਾਨ ਸਾਹਿਬ ਨੇ ਲਾਇਆ, ਅਤੇ ਸਾਡੇ ਸਿੱਖ ਨੌਜਵਾਨ ਜਿਹੜੇ ਬੇਕਸੂਰ ਨੇ, ਜਿਨ੍ਹਾਂ ਦੇ ਖਿਲਾਫ ਅੱਜ ਤੱਕ ਕੋਈ ਸਬੂਤ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਪੇਸ਼ ਕਰ ਸਕੀ, ਉਹਨਾਂ ਨੂੰ ਚੱਕ ਕੇ ਡਿਬਰੂਗੜ੍ਹ ਦੀਆਂ ਜੇਲ੍ਹਾਂ ਦੇ ਵਿੱਚ ਬੰਦ ਕਰਨਾ, ਇਹ ਦੋਨਾਂ ਦੀ ਆਤਮਾ ਇੱਕੋ ਹੈ। ਕਾਂਗਰਸ ਨੇ ਦਰਬਾਰ ਸਾਹਿਬ 'ਤੇ ਫੌਜ ਚਾੜੀ, ਭਗਵੰਤ ਮਾਨ ਸਾਹਿਬ ਨੇ ਸੁਲਤਾਨਪੁਰ ਲੋਧੀ ਚਾੜਤੀ, ਆਤਮਾ ਇੱਕੋ ਹੈ। ਕਾਂਗਰਸ ਨੇ ਵੱਡੇ ਸਕੈਮ ਕੀਤੇ, ਆਮ ਆਦਮੀ ਪਾਰਟੀ ਨੇ ਐਕਸਾਈਜ਼ ਘੁਟਾਲਾ ਕਰਤਾ, ਇਹ ਇਹਨਾਂ ਦੀ ਆਤਮਾ ਇੱਕੋ ਹੀ ਹੈ। ਸੋ ਇੱਕੋ ਸਿੱਕੇ ਦੀਆਂ ਦੋ ਪਹਿਲੂ ਪਾਰਟੀਆਂ ਜਿਹੜੀਆਂ ਅੱਜ ਦੇਸ਼ ਦੇ ਵਿੱਚ ਅਲਾਇੰਸ ਕਰਕੇ ਬੈਠੀਆਂ ਨੇ, ਅਤੇ ਪੰਜਾਬ ਦੇ ਵਿੱਚ ਇਹਨਾਂ ਦਾ ਪੋਸਟ ਪੋਲ ਅਲਾਇੰਸ ਹੈ। ਸੋ ਅੱਜ ਸਵਾਲ ਇਹ ਦੋਨਾਂ ਤੋਂ ਵੱਡੇ ਨੇ। ਬਿਕਰਮ ਮਜੀਠੀਆ ਸਾਹਿਬ 'ਤੇ ਝੂਠਾ ਪਰਚਾ ਕਾਂਗਰਸ ਨੇ ਦਿੱਤਾ, 2 ਸਾਲ ਭਗਵੰਤ ਮਾਨ ਸਾਹਿਬ ਨੇ ਅੱਡ ਅੱਡ SIT ਮੁਖੀ ਲਾ ਕੇ ਬਾਰ ਬਾਰ ਸਿੱਟਾਂ 'ਚ ਬੁਲਾ ਕੇ, ਇਹਨਾਂ ਤੋਂ ਵੀ ਨਿਕਲਿਆ ਕੁਛ ਨਹੀਂ, ਅਤੇ ਹੁਣ ਮੁੱਖ ਮੰਤਰੀ ਮੰਨ ਗਏ ਕਿ ਮੈਂ ਨਵੇਂ ਸਿਰੇ ਤੋਂ ਇੱਕ ਨਵੀਂ ਸਕ੍ਰਿਪਟ ਲਿਖ ਰਿਹਾ। ਹੁਣ ਪੈੱਨ ਮੁੱਖ ਮੰਤਰੀ ਨੇ ਫੜ ਲਿਆ, ਕਾਗਜ਼ ਮੁੱਖ ਮੰਤਰੀ ਕੋਲ ਹੈ, ਪਰ ਮੁੱਖ ਮੰਤਰੀ ਸਾਹਿਬ ਉੱਪਰ ਪਰਮਾਤਮਾ ਬੈਠਾ। ਇਹ ਵੱਡੇ ਵੱਡੇ ਆਏ ਜਿਨ੍ਹਾਂ ਨੇ ਫਸਾਉਣ ਦੀ ਕੋਸ਼ਿਸ਼ ਕੀਤੀ ਔਰ ਖਾਲੀ ਹੱਥ ਮੁੜ ਕੇ ਗਏ, ਕਿਉਂਕਿ ਬੇਕਸੂਰ 'ਤੇ ਉਂਗਲ ਚੱਕਣ ਵਾਲੇ ਇਹ ਪਰਮਾਤਮਾ ਦੇ ਘਰੋਂ, ਉਹਨਾਂ ਨੂੰ ਜਦੋਂ ਲਾਠੀ ਪੈਂਦੀ ਹੈ ਉਹ ਬਚਦੇ ਨਹੀਂ। ਸੋ ਸ਼੍ਰੋਮਣੀ ਅਕਾਲੀ ਦਲ ਮੁੱਖ ਮੰਤਰੀ ਸਾਹਿਬ ਦਾ ਇਹ ਚੈਲੰਜ ਕਬੂਲ ਕਰਦਾ ਹੈ। ਮੁੱਖ ਮੰਤਰੀ ਸਾਹਿਬ ਸਿੱਧਾ ਤੁਹਾਡੇ ਨਾਲ ਹੈੱਡ ਟੂ ਹੈੱਡ ਲੜਾਈ ਲਈ ਸ਼੍ਰੋਮਣੀ ਅਕਾਲੀ ਦਲ ਹਰ ਇੱਕ ਪਲੇਟਫਾਰਮ 'ਤੇ ਤਿਆਰ ਹੈ। ਸੋ ਜਿੰਨਾ ਜ਼ੋਰ ਤੁਹਾਡੇ 'ਚ ਹੈ ਤੁਸੀਂ ਲਾ ਲਓ, ਅਤੇ ਸ਼੍ਰੋਮਣੀ ਅਕਾਲੀ ਦਲ ਹਰ ਇੱਕ ਚੀਜ਼ ਦਾ ਢੁੱਕਵੇਂ ਸਮੇਂ 'ਤੇ ਢੁੱਕਵਾਂ ਜਵਾਬ ਦੇ। ਦੇਖੋ, ਮੈਂ ਆਮ ਆਦਮੀ ਪਾਰਟੀ ਨੂੰ ਬਾਰ ਬਾਰ ਮੇਰਾ ਇੱਕੋ ਸਵਾਲ ਖੜ੍ਹਾ ਹੋ ਜਾਂਦਾ ਹੈ ਕਿ ਦੇਸ਼ ਦੀ ਸੁਪਰੀਮ ਕੋਰਟ ਦੇ ਵਿੱਚ ਆਮ ਆਦਮੀ ਪਾਰਟੀ ਦਾ ਵਿਸ਼ਵਾਸ ਹੈ ਕਿ ਨਹੀਂ ਹੈ? ਕਿਉਂਕਿ ਆਮ ਆਦਮੀ ਪਾਰਟੀ ਲਗਾਤਾਰ ਸੁਪਰੀਮ ਕੋਰਟ ਦੀ ਤਰੀਫਾਂ ਦੇ ਪੁੱਲ ਬੰਨ੍ਹਦੇ ਸੀ ਜਦੋਂ ਗਵਰਨਰ ਸਾਹਿਬ ਨੂੰ ਉਹਨਾਂ ਨੇ ਮਾੜੀ ਜਿਹੀ ਝਾੜ ਪਾਈ। ਕਹਿੰਦੇ ਜੀ, ਦੇਸ਼ ਦਾ ਸੰਵਿਧਾਨ ਬਚਾ ਲਿਆ, ਇਸ ਦੇਸ਼ ਦੀ ਡੈਮੋਕ੍ਰੇਸੀ ਬਚਾ ਲਈ ਸੁਪਰੀਮ ਕੋਰਟ ਨੇ। ਅਤੇ ਫਿਰ ਉਹੀ ਜੱਜ ਸਾਹਿਬ, ਉਹੀ ਸੁਪਰੀਮ ਕੋਰਟ ਆਫ ਇੰਡੀਆ ਨੇ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਕਿਹਾ ਕਿ ਇਹਨਾਂ ਨੇ 338 ਕਰੋੜ ਦਾ ਐਕਸਾਈਜ਼ ਘੁਟਾਲਾ ਕੀਤਾ, ਤਾਂ ਫਿਰ ਇਹ ਆਮ ਆਦਮੀ ਪਾਰਟੀ ਦੱਸੇ ਵੀ ਉਰੇ ਆ ਕੇ ਸੁਪਰੀਮ ਕੋਰਟ ਦੀ ਕਈ ਗੱਲ ਦਾ ਵਜ਼ਨ ਉਹਨਾਂ ਦੇ ਲਈ ਕਿਉਂ ਘੱਟ ਜਾਂਦਾ? 9 ਵਾਰੀ ਬੁਲਾਇਆ ਸੀ ED ਨੇ, ਜੇ ਐਡੇ ਦਲੇਰ ਸੀ,
ਜੇ ਐਡੀ ਗੁਸਤਾਖੀ ਕਰ ਸਕਦੇ ਨੇ ਕਿ ਆਪਣੀ ਫੋਟੋ ਸ਼ਹੀਦ ਆਜ਼ਮ ਭਗਤ ਸਿੰਘ ਨਾਲ ਲਾ ਸਕਦੇ ਨੇ, ਬਾਬਾ ਸਾਹਿਬ ਅੰਬੇਦਕਰ ਦੇ ਨਾਲ ਲਾਉਣ ਦੀ ਜ਼ੁਰਤ ਕਰ ਸਕਦੇ ਨੇ, ਤਾਂ ਫਿਰ ਜ਼ੁਰਤ ਉੱਥੇ ਦਿਖਾਉਂਦੇ ਜਿੱਥੇ ਦਿਖਾਉਣ ਦੀ ਲੋੜ ਸੀ ਕਿ ਜਾ ਕੇ ED ਸਾਹਮਣੇ ਪੇਸ਼ ਹੁੰਦੇ ਕਿ ਭਾਈ ਮੈਂ ਬੇਕਸੂਰ ਹਾਂ। ਅਰਵਿੰਦ ਕੇਜਰੀਵਾਲ ਦਾ ਉੱਥੋਂ ਭੱਜਣਾ ਇਹ ਸਿੱਧਾ ਦਰਸਾਉਂਦਾ ਕਿ ਅਰਵਿੰਦ ਕੇਜਰੀਵਾਲ ਸਾਹਿਬ ਅਤੇ ਉਹਨਾਂ ਦੀ ਪਾਰਟੀ ਇਸ ਐਕਸਾਈਜ਼ ਘੁਟਾਲੇ 'ਚ ਲਿਪਤ ਹੈ। ਔਰ ਇਹ ਘੁਟਾਲਾ ਇਕੱਲਾ ਪੰਜਾਬ ਤੱਕ, ਦਿੱਲੀ ਤੱਕ ਸੀਮਿਤ ਨਹੀਂ ਰਹਿਣਾ, ਇਹ ਪੰਜਾਬ ਤੱਕ ਵੀ ਆਉਣਾ, ਕਿਉਂਕਿ ਜਿਹੜੇ ਲੋਕਾਂ ਨੇ ਦਿੱਲੀ ਦੀ ਪੋਲਿਸੀ ਬਣਾਈ ਉਹਨਾਂ ਨੇ ਪੰਜਾਬ ਦੀ ਬਣਾਈ, ਜਿਹੜੇ ਠੇਕੇਦਾਰ ਉੱਥੇ ਕੰਮ ਕਰਦੇ ਨੇ ਕੰਪਨੀਆਂ ਉਹੀ ਉਰੇ ਕੰਮ ਕਰਦੀਆਂ। ਸੋ ਸਾਰਾ ਘੁਟਾਲਾ ਇਹ ਬੇਨਕਾਬ ਹੋਣਾ, ਸੋ ਇਹ ਭੁੱਖ ਹੜਤਾਲ ਨਾਲ ਹੁਣ ਕੁਛ ਨਹੀਂ ਹੋਣਾ। ਇਹ ਮੈਂ ਕਹਿੰਦਾ ਚਲੋ ਚੰਗੀ ਗੱਲ ਹੈ, ਦੋ ਚਾਰ ਇਹਨਾਂ ਦੇ ਮੰਤਰੀ ਬਾਹਲੇ ਮੋਟੇ ਹੋਏ ਨੇ, ਪੁਲਿਸ ਨੂੰ ਚੱਕਣ ਦੇ ਵਿੱਚ ਵੀ ਬਹੁਤ ਔਖਾਈ ਆਈ ਹੈ, ਜੇ ਭੁੱਖ ਹੜਤਾਲ ਥੋੜ੍ਹੀ ਜਿਹੀ ਕਰ ਲੈਣ ਤਾਂ ਭਾਰ ਘੱਟ ਜੂ, ਪੁਲਿਸ ਵੀ ਸੌਖਾ ਚੱਕ ਲਿਆ ਕਰੂ। ਕਿਸੇ ਦਾ ਕੋਈ ਹੋਰ ਸਵਾਲ ਜੀ? ਚਲੋ, ਥੈਂਕ ਯੂ ਜੀ।